ਸੋ ਇਹ ਸੀਗੇ ਜੀ ਕੁਛ ਇੱਕ ਮੈਸੇਜ ਤੁਹਾਨੂੰ ਦੱਸ ਦਿਓ ਵੀ ਜੇ ਤੁਸੀਂ ਵਧੀਆ ਵੈਬਸਾਈਟ ਬਣਾਉਣਾ ਚਾਹੁੰਦੇ ਹੋ ਤਾਂ iwebguide.ca ਦੇ ਵਿਜ਼ਿਟ ਕਰਕੇ ਦੇਖ ਸਕਦੇ ਹੋ ਕਿੰਨੀਆਂ ਵਧੀਆ ਅਤੇ ਖੂਬਸੂਰਤ ਵੈਬਸਾਈਟ ਬਣੀਆਂ। ਆਪਣੇ ਬਿਜ਼ਨਸ ਵਾਸਤੇ ਵੀ ਵਧੀਆ ਜੀ ਵੈਬਸਾਈਟ ਬਣਾਓ iwebguide.ca ਦੇ ਵਿਜ਼ਿਟ ਕਰਕੇ। ਉਹਦੇ ਨਾਲ ਨਾਲ sabrangradio.ca ਦੇ ਵਿਜ਼ਿਟ ਕਰਕੇ ਤੁਸੀਂ ਸਬਰੰਗ ਰੇਡੀਓ ਦੇ ਪ੍ਰੋਗਰਾਮਾਂ ਦੇ ਬਾਰੇ ਜਾਂ ਹੋਰ ਜਿਹੜੀਆਂ ਜਾਣਕਾਰੀ ਲੈਣਾ ਚਾਹੋ ਅਤੇ ਲੈ ਸਕਦੇ ਹੋ। ਅਤੇ ਇਹਦੇ 'ਚ ਵੀ ਤੁਸੀਂ ਆਪਣਾ ਮੈਸੇਜ ਡਿਲੀਵਰ ਕਰਨਾ ਚਾਹੋ 4034000203 'ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ। 4034000203 'ਤੇ ਸਾਡੇ ਨਾਲ ਸੰਪਰਕ ਕਰਕੇ ਅਤੇ ਤੁਸੀਂ ਆਪਣੀ ਜਿਹੜੀ ਗੱਲਬਾਤ ਹੈ, ਇਹ ਬੜੇ ਲਵ ਦੇ ਸਾਈਨ ਆ ਰਹੇ ਨੇ ਜੀ ਕਾਫੀ ਜਗ੍ਹਾ ਤੋਂ। ਸਮ੍ਰਿਧੀ ਸਿੰਘ ਵੀ ਵਾਚ ਕਰ ਰਹੇ ਨੇ ਅਤੇ ਪੱਪੂ ਜੋਗਰ ਸਾਹਿਬ ਨੇ ਵੀ ਥੰਬਸ ਅਪ ਕੀਤਾ। ਇਸ ਤੋਂ ਇਲਾਵਾ ਜਸਪਾਲ ਧਨੋਵਾਜੇ ਨੇ ਵੀ ਕਿਹਾ ਵੀ ਗ੍ਰੇਟ ਸਿੰਗਰ। ਸਮ੍ਰਿਤੀ ਸਿੰਘ ਜੀ ਕਹਿੰਦੇ ਔਸਮ। ਸੁਹੇਲ ਆਦਿਲ ਸਾਹਿਬ ਸਾਡੇ ਦੋਸਤ, ਸੁਹੇਲ ਸਾਹਿਬ ਆਪਣੀ ਵੀਡੀਓ 2000 ਵਿਊ ਹੋਣ ਵਾਲੇ, ਜਿਹੜੇ ਤੁਸੀਂ ਇੰਨਾ ਇੰਟਰਵਿਊ ਕਰਕੇ ਗਏ ਸੀ। ਗ੍ਰੇਟ ਸਿੰਗਰ ਐਂਡ ਨਾਈਸ ਗਾਏ। ਸੋ ਇਸ ਤੋਂ ਬਾਅਦ ਜਸਪਾਲ ਜੀ ਤਾਂ ਵਾਚ ਕਰ ਰਹੇ ਨੇ, ਗੁਰਮੀਤ ਗਿੱਲ ਜੀ ਵਾਚ ਕਰ ਰਹੇ ਆ, ਗੁਰਵਿੰਦਰ ਸਿੰਘ ਧਾਲੀਵਾਲ ਜੀ ਵਾਚ ਕਰ ਰਹੇ ਆ। ਜਸਪਾਲ ਧਨੋਵਾ ਜੀ ਕਹਿੰਦੇ ਹੈਲੋ ਵੀਰ ਜੀ। ਜਸਪਾਲ ਧਨੋਵਾ ਜੀ ਹੈਲੋ ਜੀ, ਕੀ ਹਾਲ ਚਾਲ ਹੈ? ਇਹ ਬੜੇ ਵਧੀਆ ਸਾਡੇ ਦੋਸਤ ਵੀ ਨੇ ਅਤੇ ਪੱਗ ਦੇ ਵਿਨਰ ਰਹੇ ਆ। ਇਸ ਵਾਰੀ ਵਿਸਾਖੀ ਮੇਲੇ ਦੇ ਉੱਤੇ ਬੜੀ ਖੂਬਸੂਰਤ ਪੱਗਾਂ ਬੰਨ ਕੇ ਦੋਨੋਂ ਭਰਾ ਜਿਹੜੇ ਘੁੰਮ ਰਹੇ ਸੀਗੇ ਅਤੇ ਨਾਲ ਦੀ ਨਾਲ ਇਹਨਾਂ ਨੇ ਪਿਛਲੀ ਵਾਰੀ ਮੈਨੂੰ ਪੱਗ ਬੰਨ੍ਹੀ ਸੀ। ਬੜਾ ਵਧੀਆ, ਥੈਂਕ ਯੂ ਵੈਰੀ ਮੱਚ ਜਸਪਾਲ ਜੀ, ਤੁਹਾਡਾ ਤੁਸੀਂ ਹਮੇਸ਼ਾ ਹੀ ਯਾਰ ਬਹੁਤ ਸਪੋਰਟ ਕਰਦੇ ਹੋ ਅਤੇ ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਨਿਕਿਤਾ ਮਹਿਤਾ ਦੇਸਾਈ ਜੀ, ਨਿਕਿਤਾ ਹੀ ਹੈ ਜੀ ਇਨਕਾ ਨਾਮ, ਮੈਂ ਦੇਖ ਲਿਆ ਵੀ ਇਹਨਾਂ ਨੇ ਲਾਈਕ ਕੀਆ, ਨਹੀਂ ਤਾਂ ਅੰਕਿਤਾ ਕਰਤੀ। ਜਸਪਾਲ ਧਨੋਵਾ ਜੀ ਕਹਿੰਦੇ ਵੀ ਯੂ ਲਵ ਯੂ ਟੂ ਸੀ ਯੂ, ਡੈਫੀਨੇਟਲੀ ਜੀ ਪ੍ਰੋਗਰਾਮ ਇੰਜੋਏ ਕਰਨਾ ਤੁਸੀਂ ਪਹੁੰਚ ਕੇ ਉੱਥੇ ਜੀ। ਅਤੇ ਗੱਲਬਾਤ 'ਚ ਅੱਗੇ ਵਧਦੇ ਹਾਂ। ਹਾਂਜੀ, ਜੋ ਸਮ੍ਰਿਤੀ ਜੀ ਹਮੇ ਵਾਚ ਕਰ ਰਹੀ ਹੈ ਵੋ ਹਮਾਰੀ ਐਮਸੀ ਹੈ। ਅੱਛਾ, ਵੈਰੀ ਗੁੱਡ ਜੀ, ਉਹ ਦੇਖ ਰਹੀ ਹਾਂ ਵੀ ਇਹ ਪਰਫਾਰਮ ਠੀਕ ਕਰ ਰਹੇ ਹੈ ਕਿ ਨਹੀਂ ਕਰ ਰਹੇ, ਆਪਕੀ ਗਲਤੀਆਂ ਨਿਕਾਲਨੇ ਕੇ ਲੀਏ ਜਾਂ ਆਪਕੇ ਨੋਟਸ ਬਣਾਨੇ ਕੇ ਲੀਏ। ਵੋ ਐਮਸੀ ਕਾ ਕਾਮ ਹੋਤਾ ਵੀ ਵੋ ਚੈੱਕ ਕਰਤਾ ਵੀ ਮੇਰੇ ਇਸਸੇ ਪਹਿਲੇ ਵੀ ਵੋ ਰੀਅਲ ਲਾਈਫ ਮੈਂ ਆਪਕੋ ਦੇਖੇ ਤੋ ਯਹਾਂ ਪੇ ਆਪਕੀ ਪਰਫਾਰਮੈਂਸ ਦੇਖਣਾ ਚਾਹੇਂਗੀ ਜੀ। ਤੇ ਅਗਲੇ ਗੀਤ ਵੱਲ ਚੱਲਣਾ ਆਪਾਂ ਕਿ? ਹਾਂਜੀ, ਆਪਕੋ ਇੱਕ ਡੁਐਟ ਸੁਣਾਤੇ ਹੈਂ। ਵੈਰੀ ਗੁੱਡ ਜੀ, ਡੁਐਟ ਤੋਂ ਵੈਸੇ ਬੜੇ ਵਧੀਆ ਹੁੰਦੇ ਆ, ਸੋ ਚਲਦੇ ਹਾਂ ਜੀ ਡੁਐਟ ਵਾਲੇ ਪਾਸੇ ਜੀ। ਖੂਬਸੂਰਤ ਗੀਤ ਜਿਹੜਾ ਸਾਡੇ ਭਰਾ ਸੁਰਿੰਦਰ ਬਾਂਸਲ ਜੀ ਵੀ
ਜੁੜ ਚੁੱਕੇ ਨੇ, ਵਾਚ ਕਰ ਰਿਹਾ ਬਾਂਸਲ ਸਾਹਿਬ, ਬਹੁਤ ਬਹੁਤ ਮਿਹਰਬਾਨੀ। ਤੁਸੀਂ ਵਿਸਾਖੀ ਮੇਲਾ ਤੇ ਇਹਨਾਂ ਨੇ ਫ੍ਰੀ ਪੀਜ਼ੇ ਲੈ ਕੇ ਆਉਂਦੇ ਸੀ ਕਾਫੀ ਜ਼ਿਆਦਾ, ਤੇ ਬੱਚਿਆਂ ਨੂੰ ਡਿਸਟ੍ਰੀਬਿਊਟ ਕੀਤੇ, ਹਮੇਸ਼ਾ ਹੀ ਸਪੋਰਟ ਕਰਦੇ ਆ, ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਗੁਰਿੰਦਰ ਸੰਧੂ ਜੀ ਵੀ ਜੁੜ ਚੁੱਕੇ ਆ ਸਾਡੇ ਨਾਲ, ਸੋ ਥੈਂਕ ਯੂ ਵੈਰੀ ਮੱਚ ਗੁਰਿੰਦਰ ਸੰਧੂ ਜੀ। ਗੁਰਵਿੰਦਰ ਸੰਧੂ ਜੀ, ਤੁਸੀਂ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ ਅਤੇ ਨਾਲ ਦੀ ਨਾਲ ਸਿੰਗਿੰਗ ਨੂੰ ਵੀ ਇੰਜੋਏ ਕਰ ਰਹੇ ਹੋ। ਇੱਕ ਛੋਟੀ ਜਿਹੀ ਮੈਸੇਜ ਜਦੋਂ ਤੱਕ ਆਪਾਂ ਗੱਲਬਾਤ ਨੂੰ ਅੱਗੇ ਵਧਾਈਏ, ਕਿਉਂਕਿ ਬੜਾ ਵਧੀਆ ਲੱਗਦਾ ਜਿਸ ਤਰੀਕੇ ਦੇ ਨਾਲ ਜਿਹਨੂੰ ਕਹਿੰਦੇ ਵੀ ਸਪੋਰਟ ਮਿਲਦੀ ਰਹਿੰਦੀ, ਕਮਿਊਨਿਟੀ ਦੀ ਪਿਆਰ ਮਿਲਦਾ ਰਹਿੰਦਾ, ਅਤੇ ਉਸ ਤੋਂ ਬਾਅਦ ਕੋਈ ਕੋਈ ਔਰਗਨਾਈਜੇਸ਼ਨ ਜਾਂ ਕੋਈ ਮੀਡੀਆ ਆਊਟਲੈਟ ਤੁਹਾਨੂੰ ਕੋਈ ਰੈਕੋਗਨਾਈਜ਼ ਕਰਦਾ, ਆਈ ਥਿੰਕ ਵੀ ਬੜੀ ਵਧੀਆ ਚੀਜ਼ ਸਾਡੀ ਜ਼ਿੰਦਗੀ 'ਚ ਵੀ ਹੋਈ। ਅਤੇ ਗੁਰਲਾਲ ਮਾਨੁਕੇ ਗਿੱਲ ਜੀ ਵਾਚ ਕਰ ਰਹੇ ਨੇ, ਗੁਰਲਾਲ ਜੀ ਥੈਂਕ ਯੂ ਵੈਰੀ ਮੱਚ ਫੋਰ ਵਾਚਿੰਗ, ਅਤੇ ਵਧੀਆ ਪ੍ਰੋਗਰਾਮ ਤੁਹਾਨੂੰ ਸੁਣਾਉਂਦੇ ਹਾਂ। ਬਟ ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਜਿਹੜੀ ਗੱਲਬਾਤ ਸੁਣਾ ਦਈਏ, ਕਿਉਂਕਿ ਗਲੋਬਲ ਟੀਵੀ ਕੀ ਜੇ ਕਵਰੇਜ ਹੈ, ਜੋ ਆਪ ਸੁਣੋਗੇ ਔਰ ਦੇਖੋਗੇ ਤਾਂ ਉਸਕੇ ਬਾਅਦ ਫਿਰ ਹਮ ਇਸ ਪੇ ਬਾਤ ਕਰਤੇ ਹੈ, ਤਾਂਕਿ ਤਬ ਤੱਕ ਥੋੜ੍ਹਾ ਜਿਹਾ ਸਾਹ ਵੀ ਲੈ ਲਈਏ ਜੀ ਆਪਾਂ, ਅਤੇ ਸੁਣਦੇ ਹਾਂ ਗੱਲਬਾਤ, ਫਿਰ ਇਸ ਤੋਂ ਬਾਅਦ ਵਾਪਸ ਮਿਲਦੇ ਹਾਂ ਅਤੇ ਤੁਹਾਡੇ ਨਾਲ ਸੰਪਰਕ ਕਰਾਂਗੇ ਜੀ। ਇਸੇ ਲਾਈਨ ਦੇ ਉੱਤੇ ਜੁੜੇ ਰਹੋ। Area that has many diverse and cultural businesses. Many of those business owners are entrepreneurs. They like to control their own destiny and help others do the same. I had the opportunity to talk to one man who's communicating that to all Calgarians. Sabrang Radio 94.7 from the sare listeners ka aaj de program ji bahut bahut swagat karta. This is a tough broadcast for Rajesh Angral, grieving with his listeners the loss of popular MLA Manmeet Buller. When I started my first business, a website business, so he was the first person who gave me his website order. Buller rose to become a political star, and Rajesh rose to become a successful businessman, taking his talents from online to on air. Koi bhi multicultural ja immigrant bachcha, he now owns and hosts a popular radio and television show. But Rajesh is not just in the business of communication. He's also in the business of showcasing diversification. It's a good opportunity to promote our culture and educate our community members in a positive way. Educate and in some cases train and employ. Definitely there is a lot of opportunity for the newcomers here. What kind of a boss is he? He's a good guy. ਇੱਥੇ ਜਾਣ ਤੋਂ ਪਹਿਲਾਂ ਗੱਲਬਾਤ ਕਰ ਰਹੇ ਸੀਗੇ ਵੀ ਮਨਮੀਤ ਹੋਣ ਨੇ, Manjeet Singh is a main contributor to the shows. He says the experience is invaluable for many. They get basic training from here, especially if somebody is aspiring to go into the journalism or go into the related fields. Rajesh certainly has his finger on the pulse of the community. Sabarang Radio and TV has been behind some big, high-profile events, uniting their smaller community with the bigger one, the rest of Calgary. They really are crucial to our success, them and other partners. I mean, they connect community, they solicit the events that are going on, and they break down a lot of the social isolation that exists in the community. So whether he's event planning in front of the camera or behind the mic, Rajesh is a busy guy, but apparently not busy enough. So just beginning. Rajesh is also the president of Punjabi Council of Commerce here in Calgary. All this, and he only moved here from India in 2008. He's busy. Yeah. Busy guy. Great success story. Thanks. You're welcome. Thank you.
ਲਾਸਟ ਈਅਰ ਕਲਚਰ ਫੈਸਟ ਦੀ ਵੀਡੀਓ ਜਿਹੜੀ ਆਪਾਂ ਲੈ ਕੇ ਆਉਂਦੀ ਸੀਗੀ, ਜਿਹੜੀ ਗਲੋਬਲ ਟੀ ਵੀ ਨੇ ਸਕਸੈਸ ਸਟੋਰੀ ਕੀਤੀ ਸੀ ਮੇਰੇ 'ਤੇ, ਸੋ ਦੈਟਸ ਵਾਈ ਮੈਂ ਕਦੀ ਕਦੀ ਵਿੱਚ ਸੁਣਾ ਦਿੰਦਾ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਮੈਂ ਪਾਪੂਲਰ ਹਾਂ। ਠੀਕ ਹੈ ਜੀ, ਸੋ ਸਾਰੇ ਦੋਸਤਾਂ ਦਾ ਬਹੁਤ ਬਹੁਤ ਥੈਂਕ ਯੂ ਵੈਰੀ ਮੱਚ। ਗੁਰਲਾਲ ਮਾਨੁਕੇ ਗੈਲਰੀ ਜੀ ਤੋਂ ਬਾਅਦ ਡਾਕਟਰ ਨਿੱਕ ਅਹਿਮਦ ਐਲ ਇਮਰਾਨ ਜੀ ਵੀ ਵਾਚ ਕਰ ਰਹੇ, ਥੈਂਕ ਯੂ ਵੈਰੀ ਮੱਚ। ਐਂਡ ਮੰਗਾ ਜੀ, ਥੈਂਕ ਯੂ ਵੈਰੀ ਮੱਚ। ਐਂਡ ਮੋਨਿਕਾ ਮੋਹਨ ਜੀ, ਮੋਨਿਕਾ ਤੋਂ ਬਾਅਦ ਆ ਜਾਂਦੇ ਜੀ ਅਮ੍ਰਿਤਾ ਨਿਸ਼ਤਾ ਨਿਸ਼ਚਿਤ ਪਟੇਲ ਜੀ, ਮੋਨਿਕਾ ਮੋਹਨ ਜੀ ਨੇ ਕਿਹਾ ਔਸਮ। ਸੋ ਸ਼ਿਵਾਨੀ ਪਟੇਲ ਜੀ ਵਾਚਿੰਗ, ਐਂਡ ਮੁਹੰਮਦ ਅਜ਼ੀਮ ਜੀ ਵਾਚਿੰਗ, ਸੋ ਥੈਂਕ ਯੂ ਵੈਰੀ ਮੱਚ ਤੁਹਾਡੇ ਸਾਰਿਆਂ ਦਾ ਵਾਚ ਕਰਨ ਵਾਸਤੇ ਐਂਡ ਪ੍ਰੋਗਰਾਮ ਦੇ ਵਿੱਚ ਜੁੜੇ ਰਹਿਣ ਵਾਸਤੇ। ਆਪਾਂ ਗੱਲਾਂ ਬਾਤਾਂ ਨੂੰ ਇਸੇ ਤਰੀਕੇ ਨਾਲ ਅੱਗੇ ਵਧਾਈ ਜਾਵਾਂਗੇ ਜੀ, ਨਾਲ ਦੀ ਨਾਲ ਹੀ ਗੀਤ ਸੰਗੀਤ ਵੀ ਸੁਣਦੇ ਰਹਾਂਗੇ, ਕਿਉਂਕਿ ਪ੍ਰੋਗਰਾਮ ਅੱਜ ਗੀਤਾਂ ਦਾ, ਜਿਹਨੂੰ ਕਹਿੰਦੇ ਨਾ ਵੀ ਗੀਤ ਸੰਗੀਤ, ਕਿਸੇ ਟਾਈਮ ਹੁੰਦਾ ਸੀ ਇੰਡੀਆ 'ਚ ਚਿੱਤਰਹਾਰ ਆਉਂਦਾ ਹੁੰਦਾ ਸੀ, ਹੈ ਨਾ, ਚਿੱਤਰਹਾਰ, ਛਾਇਆ ਗੀਤ, ਹਾਂ ਕੁਛ ਰੰਗੋਲੀ, ਸੋ ਬੜੇ ਬਹੁਤ ਗੀਤ ਹੁੰਦੇ ਜੀ। ਅੱਜ ਉਹੋ ਜਿਹਾ ਮਾਹੌਲ ਜਿਹੜਾ ਬਣਿਆ, ਬਟ ਇਹ ਲਾਈਵ ਹੈ ਅਤੇ ਇਹ ਸ਼ਾਮ ਦਾ ਪ੍ਰੋਗਰਾਮ ਹੈ, ਤੁਸੀਂ ਰੇਡੀਓ ਦੇ ਉੱਤੇ ਸੁਣ ਹੀ ਰਹੇ, ਉਹਦੇ ਨਾਲ ਨਾਲ ਤੁਸੀਂ ਫੇਸਬੁੱਕ ਦੇ ਉੱਤੇ ਵੀ ਵਾਚ ਕਰ ਰਹੇ, ਬੜਾ ਵਧੀਆ ਲੱਗ ਰਿਹਾ। ਜਿਹੜੇ ਜਿਹੜੇ ਦੋਸਤ ਵਾਚ ਕਰ ਰਹੇ ਨੇ ਇਹ ਮੌਕੇ ਦਾ ਫਾਇਦਾ ਚੁੱਕ ਰਹੇ ਨੇ, ਜਿਹੜੇ ਨਹੀਂ ਵੀ ਚੁੱਕ ਪਾਏ ਉਹ ਸ਼ਾਮ ਨੂੰ ਘਰ ਜਾ ਕੇ ਠਹਿਰ ਕੇ ਤੁਸੀਂ ਫੇਸਬੁੱਕ 'ਤੇ ਆਰਾਮ ਨਾਲ ਪ੍ਰੋਗਰਾਮ ਸੁਣ ਵੀ ਸਕਦੇ ਹੋ ਅਤੇ ਦੇਖ ਵੀ ਸਕਦੇ ਹੋ ਜੀ। ਅਤੇ ਅਗਲੀ ਪੇਸ਼ਕਸ਼ ਜੀ, ਮੈਂ ਰਿਕੁਐਸਟ ਕਰਤਾ ਹੂੰ ਜੌਨੀ ਭਾਈ ਸੇ ਕੁਛ, ਅਗਰ ਆਪ ਗਿਟਾਰ ਪੇ ਕੁਛ ਹਮੇ ਪਲੇ ਕਰਕੇ ਬਤਾਏਗਾ, ਜੋ ਵੀ ਆਪਕਾ ਮਨ ਕਰੇ। ਜੌਨੀ ਭਾਈ ਨੇ ਕਿਹਾ ਵੀ ਬੜੀ ਲੱਭ ਕੇ ਲਿਆਂਦੀ ਹੈ ਜੌਨੀ ਬੀ, ਸੋ ਜੌਨੀ ਬੀ ਬੜੇ ਜ਼ਬਰਦਸਤ ਮਿਊਜ਼ੀਸ਼ੀਅਨ ਸੀ ਜੀ, ਇਹਨਾਂ ਦੀ ਕਾਪੀ ਹੈ। ਹਾਂਜੀ, ਇੱਕ ਹਸੀਨਾ ਥੀ, ਆ ਗਿਆ ਜੀ, ਠੀਕ ਹੈ, ਬਸ ਉਸਕੋ ਥੋੜਾ ਸਾ ਦੇ ਦੋ, ਠੀਕ ਹੈ ਜੀ। ਜਸਪਾਲ ਸਨੋਜੇ ਨੇ ਕਿਹਾ ਵੀ ਕਿਆ ਬਾਤ ਹੈ, ਬਿਲਕੁਲ ਸਹੀ ਗੱਲ ਹੈ ਤੁਹਾਡੀ, ਕਹਿੰਦੇ ਵਾਹ ਜੀ ਵਾਹ ਕਿਆ ਬਾਤ ਹੈ ਅਤੇ ਕਿਆ ਜ਼ਮਾਨਾ ਥਾ। ਸੋ ਜ਼ਮਾਨਾ ਵਾਪਸ ਆ ਰਿਹਾ ਜਸਪਾਲ ਜੀ, ਅਤੇ ਤੁਸੀਂ ਪ੍ਰੋਗਰਾਮ ਨੂੰ ਪਤਾ ਤੁਸੀਂ ਆਰਟ ਲਵਰ ਹੋ ਅਤੇ ਜ਼ਰੂਰ ਤੁਸੀਂ ਪ੍ਰੋਗਰਾਮ 'ਚ ਪਹੁੰਚ ਕੇ ਇਹਨਾਂ ਦਾ ਜਿਹੜੀ ਲਾਈਵ ਸਿੰਗਿੰਗ ਵੀ ਇੰਜੋਏ ਕਰੋਗੇ ਜੀ। ਸੋ ਥੈਂਕ ਯੂ ਵੈਰੀ ਮੱਚ ਫੋਰ ਕੀਪ ਵਾਚਿੰਗ, ਐਂਡ ਅੱਗੇ ਚੱਲਦੇ ਹਾਂ ਅਗਲੀ ਪੇਸ਼ਕਸ਼, ਨਿਕਿਤਾ ਜੀ ਵੀ ਕੁਛ ਬੋਲੇ, ਅੰਕਿਤਾ ਜੀ ਕੁਛ ਬੋਲੇ, ਅੰਕਿਤਾ ਛੋਟੀ ਭੈਣ, ਨਿਕਿਤਾ ਛੋਟੀ ਭੈਣ ਹੈ ਨਾ, ਹਮੇਸ਼ਾ ਕੋਈ ਬੋਲ ਵੀ ਦੇ ਨਾ ਤੋ ਬੋਲਣਾ ਨਹੀਂ ਉਹ ਬੜੀ ਹੈ। नहीं, सबसे बस यही निवेदन है कि आप लोग आइए शो में, हमने लाइक वी हैव पुट अवर हार्ट एंड सोल इनटू दिस शो, बहुत दिल से प्रैक्टिस की है, बहुत रिहर्सल किया है, और हमारे म्यूजिशियन है, दैट्स द हार्ट ऑफ अवर शो, और शायद ही ऐसा कभी कोई शो हुआ होगा गैलरी में जहाँ पे इतने सारे अच्छे म्यूजिशियन के साथ, और वो भी गैलरी के लोकल आर्टिस्ट,
और हम तीनों सिंगर भी साथ में लोकल कैलगरी के. सो ये एक ऐसा इवेंट होने जा रहा है जो आप मिस नहीं कर सकते. सो प्लीज बुक योर टिकट्स एज सून एज पॉसिबल बिकॉज वी आर सेलिंग रियली फास्ट. यस, एंड मैं एक बात और मेंशन करना चाहूंगा कि ये तो हमारी तो खुशनसीबी है ही कि हम इतने अच्छे म्यूजिशियंस के साथ काम कर रहे हैं, और हमारे साथ साथ जो हमारे कैलगरी की ऑडियंस है ये उनके लिए भी एक बहुत अच्छी अपॉर्चुनिटी है कि वो इस तरह की चीज़ विटनेस कर सकें. और काफ़ी मुझे भी यहाँ पे कैलगरी में 13 साल हो गए हैं, मगर शायद मैंने इस लेवल की कोई ये चीज़ होते हुए देखी नहीं है. हालांकि हमारे इंटरनेशनल आर्टिस्ट आते हैं, उनका अपना बैंड रहता है सब कुछ, ये हमारे लोकल जो टैलेंट है ना उनका एक इकट्ठा भरमार एकदम आपको देखने को मिलेगी कि हम किस लेवल पे इसको लेके जा रहे हैं हमारे कैलगरी के सिटी के अंदर ही. तो प्लीज आप जरूर देखने आइए. किड्स अंडर 10 आर फ्री. हाँ जी, 10 साल से कम फ्री एंट्री है बच्चों की. बड़ा अच्छा जी, वाकई बड़ा बढ़िया प्रोग्राम होने जा रहा. सो प्रोग्राम एंजॉय करना. मैं आपका माइक थोड़ा स्विच करता हूँ, फिर आपसे एक और गीत सुनते हैं, क्योंकि आपका माइक जो है ना मुझे लगता है वो हमारी लाइट के रास्ते में आ रहा है, और जो ये वाला माइक है वो आपको ठीक बैठेगा आपके फेस को, क्योंकि गाना गाने के वक्त आपके बिल्कुल पास आ जाएगा. ठीक है ना, एक होप ये ठीक रहेगा माइक थोड़ा हाइट जो है वो कम है. हाँ जी, ये ठीक है जी. तो जसपाल जी थैंक यू वेरी मच. तो ਬਿੱਟੂ ਆਈਜੈਕ ਸੰਸਾਰ ਪੁਰੀਆ ਜਿਹੜੇ ਜੀ ਕੰਟਰੀ ਹਿੱਲ ਟੋਇਟਾ ਤੋਂ ਸਾਡੇ ਭਰਾ ਨੇ, ਅਤੇ ਹਮੇਸ਼ਾ ਸਪੋਰਟ ਵੀ ਕਰਦੇ ਆ ਅਤੇ ਨਾਲ ਦੀ ਨਾਲ ਅੱਜ ਪ੍ਰੋਗਰਾਮ ਵੀ ਵਾਚ ਕਰ ਰਿਹਾ. ਥੈਂਕ ਯੂ ਵੈਰੀ ਮੱਚ ਬਿੱਟੂ ਜੀ, ਤੁਹਾਡਾ ਨਾਂ ਵੈਸੇ ਆਲਰੇਡੀ ਲੈ ਤਾ ਇਹਨਾਂ ਨੇ, ਤੁਸੀਂ ਸਪੋਰਟ ਕਰ ਰਹੇ ਹੋ. ਅਤੇ ਵੋਲੀਅਮ ਜਸਪਾਲ ਜੀ ਕਹਿੰਦੇ ਥੋੜ੍ਹੀ ਵੋਲੀਅਮ ਵਧਾਉਣੀ ਹੈ ਆਪਾਂ, ਸੋ ਆਈ ਥਿੰਕ ਵੀ ਵੋਲੀਅਮ ਥੋੜ੍ਹੀ ਜਿਹੀ ਵਧਾ ਕੇ ਅਤੇ ਗੱਲਬਾਤ ਕਰਦੇ ਹਾਂ ਅਤੇ ਪ੍ਰੋਗਰਾਮ ਨੂੰ ਇਸੇ ਤਰੀਕੇ ਨਾਲ ਅੱਗੇ ਲੈ ਕੇ ਚੱਲਦੇ ਹਾਂ ਜੀ, ਕਿਉਂਕਿ ਜਦ ਬਾਤੇ ਕਰਦੇ ਹਾਂ ਹਮ तो हमारी वॉल्यूम थोड़ी कम हो जाती है. जी, सो जॉनी जी जड़े ने त्यार बर त्यार ने, ते बेला नायक जी भी वॉच कर रहे हैं, वो भी देख रहे हैं प्रोग्राम को. बीजल सेठ जी भी आ रहे हैं. बीजल जी थैंक यू वेरी मच, आप भी बड़े अच्छे सिंगर हो, आपको भी सुना था पहले. सो लाइव सुनन दा आए हुंदा भी म्यूजिक सेट करदे आं देखदे आं समाप्ति वाले पास से भी पहुंच गया, पता नहीं चलिया. तो जी लास्ट आखिरी पेशकश, आखिरी पेशकश जी. ਖੂਬਸੂਰਤ ਤੇ ਵਧੀਆ ਗੀਤ ਜਿਹੜਾ ਨੇ ਗਾ ਕੇ ਦਿਖਾਇਆ. ਬਟ ਆਪਾਂ ਫੇਸਬੁੱਕ ਵਾਲੇ ਦੋਸਤਾਂ ਦੇ ਨਾਲ ਥੋੜੀ ਦੇਰ ਜੁੜੇ ਰਹਾਂਗੇ, ਥੋੜਾ ਜ਼ੋਰ ਸੁਣੇਗੇ ਆਪਸੇ, ਤਾਂ ਕਿ ਥੋੜਾ ਜਿਹਾ ਲਾਈਵ ਮਾਹੌਲ ਬਣਾ ਹੋਇਆ. ਬਟ ਰੇਡੀਓ ਵਾਲੇ ਨੂੰ ਇੱਕ ਵਾਰੀ ਦੱਸ ਦਈਏ ਕਿ ਵੀ ਤੁਸੀਂ ਥੋੜੀ ਦੇਰ ਵਾਸਤੇ ਫੇਸਬੁੱਕ ਤੇ ਸਵਿਚ ਵੀ ਕਰਕੇ ਤੇ ਉੱਥੇ ਵੀ ਇਕੱਲਾ ਸੁਣ ਸਕਦੇ ਹੋ ਸਬਰੰਗ ਰੇਡੀਓ ਦੇ ਜਾਂ ਰਜੇਸ਼ ਦੇ
ਫੇਸਬੁੱਕ ਤੇ ਜਾਂ ਇਸ ਤੋਂ ਇਲਾਵਾ ਮੈਨੀ ਹੋਣਾ ਵੀ ਆਪਣੇ ਉੱਤੇ ਕੀਤਾ। ਜੁਲਫੀ ਅਲੀ ਜੀ ਦਾ ਵੀ ਮੈਸੇਜ ਆਇਆ, ਕਹਿੰਦੇ ਵੀ ਵਾਹ ਕਮਾਲ ਵੀ ਖੂਬ ਬਹੁਤ ਖੂਬ। ਸੋ ਬਾਕੀ ਵੀ ਦੋਸਤ ਜਿਹੜੇ ਨੇ ਇਹ ਵਾਚ ਕਰ ਰਹੇ ਨੇ, ਥੈਂਕ ਯੂ ਕਰਤਾ ਜੀ। ਤੇ ਪ੍ਰੋਗਰਾਮ ਦਾ ਸਮਾਂ ਜਿਹੜਾ ਆਲਮੋਸਟ ਸਮਾਪਤੀ ਵਾਲੇ ਪਾਸੇ ਰੇਡੀਓ ਤੇ ਤਾਂ ਹੋ ਗਿਆ, ਬਟ ਨੋਟ ਔਨ ਦਾ ਫੇਸਬੁੱਕ, ਕਿਉਂਕਿ ਫੇਸਬੁੱਕ ਆਪਣੇ ਘਰ ਦੀ। ਸੋ ਇਹ ਤਾਂ ਥੋੜੀ ਜਿਹੀ ਗੱਲਬਾਤ ਹੋਰ ਕਰ ਲਾਂਗੇ। ਸੋ ਇਹ ਪ੍ਰੋਗਰਾਮ ਤੁਸੀਂ ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ 7 to 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦਾ ਪ੍ਰੋਗਰਾਮ ਜਿਹੜਾ 8 ਵਜੇ ਤੱਕ ਸੀਗਾ ਉਹ ਸਮਾਪਤੀ ਤੇ ਜਾਂਦਾ, ਜ਼ਿਆਦਾ ਖਬਰਾਂ ਨਹੀਂ ਸੁਣਾ ਪਾਏ, ਬਟ ਕੱਲ੍ਹ ਨੂੰ ਤੁਹਾਨੂੰ ਡਾਕਟਰ ਢਿੱਲੋਂ ਅਤੇ ਡਾਕਟਰ ਸਰਬਜੀਤ ਜਵੰਦਾ ਪ੍ਰੋਗਰਾਮ ਲੈ ਕੇ ਆਉਣਗੇ ਅਤੇ ਉਹਦੇ 'ਚ ਖੂਬ ਖਬਰਾਂ ਸੁਣਾਉਣਗੇ। ਫਿਰ ਸੰਡੇ ਨੂੰ 1 to 5 ਵਜੇ ਤੱਕ ਤੁਹਾਡੇ ਰੂਬਰੂ ਹੋਵਾਂਗੇ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਰੇਡੀਓ ਅਤੇ ਫੇਸਬੁੱਕ 'ਤੇ ਜੁੜੇ ਰਹਿਣਾ। ਥੈਂਕ ਯੂ ਵੈਰੀ ਮੱਚ, ਗੁੱਡ ਨਾਈਟ ਐਂਡ ਸ਼ਬਾ ਕੈਟ ਟੂ ਆਲ, ਥੈਂਕ ਯੂ। The time is 8 p.m. You are listening to Fairchild Radio CHKF. Sure, if you can off this volume, we will do a little bit more on you. Sure. Sorry? If you can stop this volume. This one? Yeah. You can do a little bit. ਮੋਮੈਂਟਮ ਬਣਿਆ ਤਾਂ ਲਓ ਜੀ, ਮੈਂ ਕੈਮਰੇ 'ਚੋਂ ਦੂਰ ਹੁੰਦਾ ਅਤੇ ਆਈ ਵਿਲ ਗਿਵ ਦੈਮ ਲਾਈਟ ਜੀ। ਜਫਰ ਅਲੀ ਜੀ, ਜੀ ਕਿਉਂਕਿ ਇਹ ਜਿਹੜਾ ਪ੍ਰੋਗਰਾਮ ਹੈ ਬੇਸਿਕਲੀ ਇਹ ਤੁਸੀਂ ਸੁਣ ਰਹੇ ਹੋ ਅਤੇ ਮਿਊਜ਼ਿਕ ਹਾਂ।
ਸੀਗੀ ਜੀ ਅੱਜ ਦੇ ਪ੍ਰੋਗਰਾਮ ਦੀ ਪੇਸ਼ਕਸ਼ ਜਿਹੜੀ ਤੁਸੀਂ ਸੁਣੀ ਹੈ ਅਤੇ ਦੇਖੀ ਹੈ। ਸੋ ਆਈ ਹੋਪ ਵੀ ਕੈਮਰੇ ਦੀਆਂ ਲਾਈਟਾਂ 'ਚੋਂ ਨਿਕਲ ਕੇ ਆਪਾਂ ਬਾਹਰ ਆ ਗਏ ਹਾਂ ਅਤੇ ਥੋੜ੍ਹਾ ਜਿਹਾ ਫੇਸ ਲਾਈਟ ਦੇ ਵਿੱਚ ਆ ਜੀ, ਆਈ ਥਿੰਕ ਵਧੀਆ ਲੱਗਦਾ। ਸੋ ਕੁਛ ਹੋਰ ਗਾਣਾ ਚਾਹੇਂਗੇ ਕਿ ਬਸ ਠੀਕ ਹੈ ਜੀ? ਬਸ ਵੀ ਆਰ ਲੁਕਿੰਗ ਫਾਰਵਰਡ ਕਿ ਆਪ ਸਭ ਆਏ ਹਮਾਰੇ ਸ਼ੋਅ ਪੇ, ਆਪ ਪੂਰੇ ਗਾਣੇ ਸੁਣੇ ਹਮਸੇ ਆ ਕੇ ਔਰ ਫੁੱਲ ਬੈਂਡ ਕੇ ਸਾਥ ਮੇਂ। ਸੋ ਫੁੱਲ ਬੈਂਡ ਕੇ ਸਾਥ, ਕਿਉਂਕਿ ਇਹ ਤੋਂ ਥੋੜ੍ਹਾ ਬੈਂਡ ਹੈ ਇਨਕਾ, ਬਟ ਅਭੀ ਔਰ ਵੀ ਬੈਂਡ ਆਏਗਾ। ਸੋ ਜਿਹਦੇ 'ਚ ਤੁਸੀਂ ਪੂਰੇ ਲੋਕਾਂ ਦੇ ਨਾਲ ਗਾਣੇ ਸੁਣ ਸਕਦੇ ਹੋ। ਸੋ ਸੈਟਰਡੇ ਕੋ ਗਾਣੇ ਹੋਣੇ ਹਨ ਜੀ, ਬਿਲਕੁਲ। ਔਰ ਹਮ ਇਸਕਾ ਪੋਸਟਰ ਵੀ ਆਪਕੇ ਇਸ ਪੋਸਟ ਮੇਂ ਹਮ ਐਡ ਕਰ ਦੇਂਗੇ, ਤੋ ਆਪਕੋ ਸਾਰੀ ਇਨਫੋਰਮੇਸ਼ਨ ਪੋਸਟਰ ਮੇਂ ਮਿਲ ਜਾਏਗੀ, ਕੈਸੇ ਆਪ ਟਿਕਟਸ ਲੈ ਸਕਤੇ ਹੈ, ਈਵਨ ਬ੍ਰਾਈਟ ਪੇ ਜਾਂ ਈ ਟ੍ਰਾਂਸਫਰ ਵੀ ਹੋ ਸਕਦਾ ਹੈ ਜੀ। ਉਹ ਸਾਰੀ ਇਨਫੋਰਮੇਸ਼ਨ ਪੋਸਟਰ ਮੇਂ ਹਮ ਦੇਖ ਸਕਤੇ ਹੈ ਜੀ। ਅਜੇ ਰਾਮ ਜੀ ਵੀ ਦੇਖ ਰਹੇ ਹੈ, ਥੈਂਕ ਯੂ ਵੈਰੀ ਮਚ ਅਜੇ ਜੀ ਫੋਰ ਵਾਚਿੰਗ, ਅਤੇ ਹੋਰ ਵੀ ਜਿਹੜੇ ਜਿਹੜੇ ਦੋਸਤ ਵਾਚ ਕਰੇ ਆ, ਬਹੁਤ ਬਹੁਤ ਮਿਹਰਬਾਨੀ। ਸੋ ਅੱਜ ਦਾ ਪ੍ਰੋਗਰਾਮ ਆਈ ਹੋਪ ਵੀ ਟਾਟਾ ਕਰਦੀ ਹੈ। ਹਾਂਜੀ ਬਿਲਕੁਲ, ਥੈਂਕ ਯੂ ਵੈਰੀ ਮਚ ਫੋਰ ਵਾਚਿੰਗ, ਅਤੇ ਕੱਲ ਨਹੀਂ ਮਿਲਾਂਗੇ, ਹੁਣ ਸੰਡੇ ਨੂੰ ਮਿਲਾਂਗੇ। ਥੈਂਕ ਯੂ ਐਂਡ ਹੈਵ ਅ ਗੁੱਡ ਡੇ। ਥੈਂਕ ਯੂ, ਲਵ ਯੂ ਆਲ, ਲਵ ਯੂ।